ਅਕਸਰ ਹੀ ਵਿਵਾਦਾਂ ਦੇ ਵਿੱਚ ਰਹਿਣ ਵਾਲੀ ਪਟਿਆਲਾ ਦੀ ਦੁਨੀਆ ਦੇ ਵਿੱਚ ਪ੍ਰਸਿੱਧ ਪੰਜਾਬੀ ਯੂਨੀਵਰਸਿਟੀ ਇੱਕ ਵਾਰ ਫਿਰ ਤੋਂ ਵਿਵਾਦਾਂ ਦੇ ਵਿੱਚ ਘਿਰਦੀ ਨਜ਼ਰ ਆ ਰਹੀ ਹੈ, ਜਿੱਥੇ ਵਿਦਿਆਰਥੀਆਂ ਦੇ ਵੱਲੋਂ ਪਿਛਲੇ 2-3 ਦਿਨ ਤੋਂ ਘਟੀਆ ਖਾਣੇ ਅਤੇ ਇਸ ਦੇ ਨਾਲ ਹੀ ਰਹਿਣ ਦੀ ਸਹੀ ਵਿਵਸਥਾ ਨਾ ਹੋਣ ਕਾਰਨ ਪ੍ਰਦਰਸ਼ਨ ਕੀਤਾ ਜਾ ਰਿਹਾ। ਤਾਂ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਬੱਚਿਆਂ ਨੂੰ ਜਿਹੜਾ ਖਾਣਾ ਦਿੱਤਾ ਜਾ ਰਿਹਾ ਉਸਦੇ ਰੇਟ ਦੇ ਵਿੱਚ ਇੱਕ ਤਾਂ ਵਾਧਾ ਕਰ ਦਿੱਤਾ ਗਿਆ, ਜਿਸ ਕਾਰਨ ਵਿਦਿਆਰਥੀਆਂ 'ਚ ਕਾਫੀ ਰੋਸ ਹੈ, ਅਤੇ ਦੂਜੇ ਪਾਸੇ ਖਾਣਾ ਵੀ ਘਟੀਆ ਕੁਆਲਿਟੀ ਦਾ ਦਿੱਤਾ ਜਾ ਰਿਹਾ ਹੈ, ਖਾਣੇ ਦੇ ਵਿੱਚ ਕੀੜੇ ਮਕੌੜੇ ਸਾਫ਼ ਨਜ਼ਰ ਆ ਰਹੇ ਨੇ। ਇਸ ਦੇ ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜਿੱਥੇ ਸਹੂਲਤਾਂ ਵੀ ਠੀਕ ਤਰ੍ਹਾਂ ਨਾਲ ਨਹੀਂ ਮੁਹੱਈਆ ਕਰਵਾਈਆਂ ਜਾ ਰਹੀਆਂ, ਬਾਥਰੂਮਸ ਦਾ ਬੁਰਾ ਹਾਲ ਹੋ ਚੁੱਕਿਆ, ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਇਮਾਰਤਾਂ ਦੇ ਪਲਸਤਰ ਤੱਕ ਡਿੱਗ ਰਹੇ ਨੇ। ਅਤੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜਿੱਥੇ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ 8 ਵਿਦਿਆਰਥੀਆਂ ਵਾਲੇ ਕਮਰੇ ਦੇ ਵਿੱਚ 28 ਵਿਦਿਆਰਥੀਆਂ ਨੂੰ ਰੁਕਾਇਆ ਜਾ ਰਿਹਾ, ਜਿਸ ਦੇ ਚੱਲਦਿਆਂ ਉਹਨਾਂ ਇਹ ਪ੍ਰਦਰਸ਼ਨ ਕੀਤਾ। ਦੂਜੇ ਪਾਸੇ ਮਾਮਲੇ ਦੇ ਵਿੱਚ ਡੀਨ ਮੋਨਿਕਾ ਚਾਵਲਾ, ਜਿਨ੍ਹਾਂ ਮੀਡੀਆ ਦੇ ਸਾਹਮਣੇ ਪ੍ਰਤੀਕਰਮ ਦੇਣ ਤੋਂ ਗੁਰੇਜ਼ ਕੀਤਾ, ਅਤੇ ਇਸੇ ਦੌਰਾਨ ਇਹ ਵੀ ਉਹਨਾਂ ਦਾ ਬਿਆਨ ਸਾਹਮਣੇ ਆਇਆ। ਉਹਨਾਂ ਦਾ ਕਹਿਣਾ ਹੈ ਕਿ ਮੈਂ ਅਜੇ ਕੁਝ ਨਹੀਂ ਆਖ ਸਕਦੀ, ਜਲਦੀ ਇਸ ਮਾਮਲੇ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦਾ ਹੱਲ ਕਰ ਦਿੱਤਾ ਜਾਵੇਗਾ। ਮੇਰਾ ਨਾਮ ਸਮਨਦੀਪ ਕੌਰ ਆ। ਕਿਉਂਕਿ ਜੇ ਇੱਥੇ ਸਾਡਾ ਪ੍ਰੋਟੈਸਟ ਚੱਲ ਰਿਹਾ, ਸਾਡਾ ਹੋਸਟਲ ਅੰਬੇਦਕਰ ਆ, ਇਹ ਸਾਰੀਆਂ ਕੁੜੀਆਂ ਅੰਬੇਦਕਰ ਹੋਸਟਲ ਦੀਆਂ ਨੇ। ਅਸੀਂ ਪਰਸੋਂ ਅੰਬੇਦਕਰ ਹੋਸਟਲ ਦੇ ਵਿੱਚ ਸਟੂਡੈਂਟਾਂ ਨੇ ਮਿਲ ਕੇ ਇੱਕ ਧਰਨਾ ਲਾਇਆ ਸੀਗਾ, ਜਿਹਦੇ ਵਿੱਚ ਕੀ ਸੀਗੀਆਂ ਸਾਡੀਆਂ ਮੰਗਾਂ ਹੋਸਟਲ ਦੀਆਂ, ਜਿਵੇਂ ਸਾਡੇ ਪਾਣੀ ਦਾ ਪ੍ਰਬੰਧ ਨਹੀਂ, ਖਾਣੇ ਦਾ ਪ੍ਰਬੰਧ ਨਹੀਂ, ਵਿੱਚ ਸੁੰਡ ਆ ਰਹੇ ਆ ਜਾਂ ਖਾਣਾ ਵਧੀਆ ਨਹੀਂ ਹੁੰਦਾ, ਕਈ ਵਾਰੀ ਖੱਟਾ ਹੁੰਦਾ, ਡੇਲੀ ਸਾਡੇ ਹੋਸਟਲ ਦੇ ਵਿੱਚ ਐਂਬੂਲੈਂਸ ਆਉਂਦੀ ਆ, ਤੇ ਜਿਹੜੀ ਸਾਡੇ ਹੋਸਟਲ ਦੀ ਕੰਸਟਰਕਸ਼ਨ ਆ ਉਹ ਇਹੋ ਜਿਹੀ ਆ ਕਿ 5-5 ਕਿਲੋ ਦੇ ਜਿਹੜੇ ਬੱਟੇ ਆ ਉਹ ਡਿੱਗ ਪੈਂਦੇ ਆ, ਵਾਸ਼ਰੂਮਾਂ ਦੀ ਕੋਈ ਸਫਾਈ ਦਾ ਪ੍ਰਬੰਧ ਨਹੀਂ ਹੈਗਾ ਗਾ। ਤਾਂ ਸਾਡੀਆਂ ਇੱਕ ਇੱਕ ਰੂਮ ਦੇ ਵਿੱਚ 2 ਕੁੜੀਆਂ ਦੀ ਅਲੋਟਮੈਂਟ ਆ, 3 ਪਾ ਰਹੇ ਆ। ਸੀਸੀ ਵਿੰਗ ਦੇ ਵਿੱਚ ਇੱਕ ਰੂਮ ਦੇ ਵਿੱਚ 8 ਕੁੜੀਆਂ ਦੀ ਅਲੋਟਮੈਂਟ ਆ, ਉਹਦੇ 'ਚ 28-28 ਕੁੜੀਆਂ ਪਾ ਰਹੇ ਆ। ਤਾਂ ਅਸੀਂ ਉਹ ਸਾਰੀਆਂ ਮੰਗਾਂ ਨੂੰ ਲੈ ਕੇ ਜਿਹੜਾ ਅਸੀਂ ਇਕੱਠ ਕੀਤਾ ਸੀ, ਉੱਥੇ ਡੀਨ ਮੈਡਮ ਆਏ, ਉਹਨਾਂ ਨੇ ਇੰਸਪੈਕਸ਼ਨ ਕੀਤੀ, ਹੋਸਟਲ ਚੈੱਕ ਕੀਤਾ, ਵਾਸ਼ਰੂਮ ਚੈੱਕ ਕੀਤੇ, ਮੈਸ ਚੈੱਕ ਕੀਤੀ। ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਸਮਾਂ ਦਿੱਤਾ ਸੀ ਅੱਜ 10 ਵਜੇ ਦਾ, ਪਰ ਅੱਜ ਜਦੋਂ ਅਸੀਂ 10 ਵਜੇ ਆਏ ਇੱਥੇ, ਬਹੁਤ ਸ਼ਾਂਤੀਪੂਰਵਕ ਆਏ, ਅਸੀਂ ਆ ਕੇ ਇੱਥੇ ਬੈਠੇ, ਅਸੀਂ ਪ੍ਰਵੋਸਟ ਸਰ ਨਾਲ ਗੱਲ ਕੀਤੀ, ਉਹਨਾਂ ਨੇ ਗੱਲਾਂ ਦਾ ਗੋਲ ਮੋਲ ਕਰਤਾ, 11:30 ਤੱਕ 10 ਤੋਂ ਲੈ ਕੇ ਅਸੀਂ ਬੈਠੇ ਰਹੇ, ਪਰ ਸਾਡਾ ਕੋਈ ਵੀ ਹੱਲ ਨਹੀਂ ਕੀਤਾ। ਡੀਨ ਮੈਡਮ ਨੂੰ ਕਾਲ ਕੀਤੀ, ਅਸੀਂ ਅੱਗੇ ਹੀ ਸੀਗੇ, ਡੀਨ ਮੈਡਮ ਕਹਿੰਦੇ ਵੀ ਮੈਂ ਆ ਨਹੀਂ ਸਕਦੀ। ਇਹ ਹਾਲ ਜਦੋਂ ਤੋਂ ਅਸੀਂ ਆਏ ਹਾਂ, ਮੈਨੂੰ 2 ਸਾਲ ਹੋ ਗਏ ਹੋਸਟਲ ਦਾ, ਉਦੋਂ ਤੋਂ ਇਹੀ ਹਾਲ ਆ, ਅੰਬੇਦਕਰ ਹੋਸਟਲ ਦਾ ਇਹੀ ਹਾਲ ਆ, ਕੁੜੀਆਂ ਦਾ ਹੋਸਟਲ ਅੰਬੇਦਕਰ। ਹਾਂਜੀ, ਜੀ ਬਲੋਕ, ਐਚ ਬਲੋਕ, ਸੀਸੀ ਸਪੋਰਟਸ, 3 ਵਿੰਗ ਆ। ਹਾਂਜੀ, ਪੂਰੇ ਹੋਸਟਲ ਚ ਇਹੀ ਹਾਲ ਆ। ਬਹੁਤ ਪਹਿਲਾਂ ਤੋਂ ਆ ਰਹੀ ਆ, ਅੱਜ ਅਸੀਂ ਵੀਡੀਓ ਵੀ ਬਣਾਈ ਆ, ਅੱਜ ਵੀ ਆਈ ਆ, ਪਰਸੋਂ ਇੰਸਪੈਕਸ਼ਨ ਹੋਈ ਆ, ਕੱਲ ਸਾਡੇ ਜਿਹੜੇ ਸੁਬਹਾ ਪਰੌਠੇ ਬਣੇ ਆ ਉਹ ਖੱਟੇ ਸੀ, ਤੇ ਐਂਬੂਲੈਂਸ ਸਾਡੇ ਹੋਸਟਲ 'ਚ 4 ਵਾਰੀ ਆਈ, ਤੇ ਉਸ ਤੋਂ ਬਾਅਦ ਵਿੱਚ ਅੱਜ ਅਸੀਂ ਸੁੰਡੀ ਲੈ ਕੇ ਉਹ ਡੀਨ ਮੈਡਮ ਦੇ ਟੇਬਲ 'ਤੇ ਪਿਆ ਹਲੇ ਤੱਕ ਵੀ ਪਲੇਟ। ਸਾਨੂੰ ਤਾਂ ਇਹ ਲੱਗਦਾ ਵੀ ਸ਼ਾਇਦ ਉਹ ਸਸਤੇ ਪੈਸਿਆਂ ਦੇ ਵਿੱਚ ਲੈ ਆਉਂਦੇ ਆ, ਉਹ ਇੰਨੀ ਜ਼ਿਆਦਾ, ਜਿੰਨੀ ਜ਼ਿਆਦਾ ਉਹਦੀ ਜਾਂਚ ਕਰਨੀ ਚਾਹੀਦੀ ਹੈ, ਜਾਂਚ ਨਹੀਂ ਕਰਦੇ ਹੈਗੇ ਗੇ ਉਹਦੀ। ਅਸੀਂ ਇੱਥੇ ਆ ਕੇ 10 ਵਜੇ ਦੇ ਬੈਠੇ ਹਾਂ, ਜਦੋਂ 11:30 ਤੱਕ ਕੋਈ ਨਹੀਂ ਆਇਆ ਹੈਗਾ, ਤਾਂ ਬੱਚੇ ਸਾਰੇ ਕਿਉਂਕਿ ਲੈਕਚਰ ਛੱਡ ਕੇ ਆਏ ਸੀ, ਕੁਛ ਨਹੀਂ ਖਾਧਾ ਸੀਗਾ, ਸੁਬਹਾ ਦਾ ਅਗਰੈਸ਼ਨ ਦੇ ਵਿੱਚ ਅਸੀਂ ਨਾਅਰੇਬਾਜ਼ੀ ਕੀਤੀ, ਉਸ ਤੋਂ ਬਾਅਦ ਮੈਡਮ ਨੇ ਸਿੱਧਾ ਜਵਾਬ ਦਿੱਤਾ, ਫਿਰ ਅਸੀਂ ਡਿਪਾਰਟਮੈਂਟ ਗਏ, ਅਸੀਂ ਉੱਥੇ ਜਾ ਕੇ ਵੀ ਨਾਅਰੇਬਾਜ਼ੀ ਕੀਤੀ, ਮੈਡਮ ਇੱਧਰ ਆ ਗਏ, ਜਦੋਂ ਸਾਨੂੰ ਪਤਾ ਲੱਗਿਆ ਮੈਡਮ ਇੱਧਰ ਆ ਗਏ, ਅਸੀਂ ਡਿਪਾਰਟਮੈਂਟ ਤੋਂ ਇੱਧਰੋਂ ਮੂਵ ਕੀਤਾ, ਮੈਡਮ ਫਿਰ ਉੱਧਰ ਚਲੇ ਗਏ, ਜਦੋਂ ਬਾਅਦ 'ਚ ਮੈਡਮ ਆਏ
ਮੈਡਮ ਉਰੇ ਆ ਗਏ, ਬੱਚੇ ਅਗਰੈਸਨ ਚ ਸੀਗੇ, ਬੱਚਿਆਂ ਨੇ ਨਾਅਰੇਬਾਜ਼ੀ ਸਟਾਰਟ ਕੀਤੀ, ਮੈਡਮ ਉਧਰ ਨੂੰ ਫੇਰ ਵਗ ਗਏ, ਬੱਚਿਆਂ ਨੇ ਘੇਰ ਕੇ ਮੈਡਮ ਨੂੰ ਇੱਥੇ ਲੈ ਕੇ ਆਂਦਾ, ਸਵਾਲਾਂ ਦੇ ਜਵਾਬ ਮੰਗੇ, ਉਹਦੇ ਚੋਂ ਹਲੇ ਤੱਕ ਸਾਨੂੰ ਇੱਕ ਸਵਾਲ ਦਾ ਜਵਾਬ ਮਿਲਿਆ, ਉਹ ਵੀ ਖਾਣੇ ਦਾ, ਕਹਿੰਦੇ ਤੁਹਾਡਾ ਜਿਹੜਾ ਟੈਂਡਰ ਆ ਉਹ ਰੱਦ ਕਰ ਦਿੱਤਾ ਜਾਊ। ਇੱਕ ਸਾਡੇ ਜਿਹੜੇ ਰੇਟ ਨੇ ਖਾਣੇ ਦੇ ਉਹ 27 ਤੋਂ 32 ਰੁਪਏ ਕਰਤੇ, ਅਸੀਂ ਉਹਦਾ ਵੀ ਕਿਹਾ ਸੀ ਵੀ ਉਹ ਪੁਰਾਣੇ ਰੇਟ, ਕਿਉਂਕਿ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਅਫੋਰਡ ਨਹੀਂ ਕਰ ਸਕਦੀਆਂ, ਉਹ 3 ਵੇਲਿਆਂ ਦਾ ਖਾਣਾ ਨਹੀਂ ਖਾਂਦੀਆਂ, ਸਿਰਫ 2 ਟਾਈਮ ਦਾ ਖਾਣਾ ਖਾ ਕੇ ਪੈ ਜਾਂਦੀਆਂ, ਤਾਂ ਅਸੀਂ ਉਹ ਕਿਹਾ ਸੀ ਕਿ 27 ਰੁਪਏ ਹੀ ਹੋਵੇ, ਤੇ ਹੁਣ ਉਹਨਾਂ ਨੇ ਮੈਸ ਵਾਲਿਆਂ ਨੂੰ ਬੁਲਾਇਆ, ਸਾਨੂੰ 10 ਵਜੇ ਦਾ ਟਾਈਮ ਦੇ ਕੇ ਸਾਨੂੰ 3:30-4 ਮੈਡਮ ਮਿਲੇ ਆ, ਤਾਂ ਸਾਨੂੰ ਇੰਨਾ ਕੁ ਜਲੀਲ ਕੀਤਾ ਜਾ ਰਿਹਾ, ਮੈਂਟਲੀ ਹਰਾਸ ਕੀਤਾ ਜਾ ਰਿਹਾ। ਨਹੀਂ ਅਸੀਂ ਬੀਸੀ, ਕਿਉਂਕਿ ਸਾਨੂੰ ਟਾਈਮ ਇਹਨਾਂ ਨੇ ਦਿੱਤਾ ਸੀਗਾ ਨਾ, ਇਹ ਸਾਰਾ ਡੀਨ ਦਾ ਸਾਰਾ ਜਿਹੜਾ ਪ੍ਰਸ਼ਾਸਨ ਸੀ ਸਾਡੇ ਕੋਲ ਆਇਆ ਸੀਗਾ। ਮੇਰਾ ਨਾਂ ਦਿਲਪ੍ਰੀਤ ਹੈ। ਸਰ, ਸਾਨੂੰ ਪਿਛਲੇ ਲੰਮੇ ਸਮੇਂ ਤੋਂ ਹੋਸਟਲ ਸੰਬੰਧੀ ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ ਸੀਗੀਆਂ, ਜਿਵੇਂ ਇਸ ਵਾਰ ਇਹਨਾਂ ਨੇ ਕੀਤਾ 27 ਰੁਪਏ ਤੋਂ 32 ਰੁਪਏ ਸਿੱਧਾ, 5 ਰੁਪਏ ਮੈਸ ਦੀ ਜਿਹੜੀ ਡਾਇਟ ਆ ਉਹਦੇ ਵਿੱਚ ਵਾਧਾ ਕਰਤਾ। ਇਹਦਾ ਕੋਈ ਨੋਟਿਸ ਨਹੀਂ ਆਇਆ, ਬਿਲਕੁਲ ਕਿਸੇ ਸਟੂਡੈਂਟ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ। ਇਹ 'ਚ ਅਸੀਂ ਦੇਖੀਏ, ਅੱਜ ਪਹਿਲਾਂ ਤਾਂ 27 ਰੁਪਏ 'ਚ ਰੋਟੀ, ਇਹ ਕਹਿੰਦੇ ਵੀ 32 ਰੁਪਏ ਕਰਕੇ ਅਸੀਂ ਕੁਆਲਿਟੀ ਵਧਾਵਾਂਗੇ। ਮਤਲਬ ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਵੀ 27 ਰੁਪਏ 'ਚ ਪਹਿਲਾਂ ਇਹ ਕੁਆਲਿਟੀ ਨਹੀਂ ਸੀ ਦੇ ਰਹੇ, ਇਹ ਆਪ ਮੰਨ ਰਹੇ ਆ। ਦੂਜੀ ਗੱਲ, ਜਿਹੜੀ 5 ਰੁਪਏ ਇਹਨਾਂ ਨੇ ਵਧਾਈ ਆ ਮਹਿੰਗਾਈ ਕਹਿ ਕੇ, ਫਿਰ ਮਹਿੰਗਾਈ ਇਹਦਾ ਕੰਪਨਸੇਸ਼ਨ ਵਿਦਿਆਰਥੀ ਕਿਉਂ ਕਰਨ? ਵਿਦਿਆਰਥੀਆਂ ਲਈ ਤਾਂ ਹਰੇਕ ਚੀਜ਼ ਮਹਿੰਗੀ ਹੋ ਰਹੀ ਆ, ਵਿਦਿਆਰਥੀਆਂ ਲਈ ਤਾਂ ਫੀਸਾਂ ਵੀ ਮਹਿੰਗੀਆਂ ਹੋ ਰਹੀਆਂ, ਉਹਨਾਂ ਦੇ ਹੋਰ ਖਰਚੇ ਵੀ ਵੱਧ ਰਹੇ ਆ। ਇਹਦਾ ਕੰਪਨਸੇਸ਼ਨ ਸਰਕਾਰਾਂ ਕਰਨ, ਇਹਦਾ ਕੰਪਨਸੇਸ਼ਨ ਯੂਨੀਵਰਸਿਟੀ ਪ੍ਰਸ਼ਾਸਨ ਕਰੇ, ਵਿਦਿਆਰਥੀ ਦਾ ਕੰਪਨਸੇਸ਼ਨ ਕਿਉਂ ਕਰਨ? ਇਹਦੇ 'ਚ ਇਹ ਗੱਲ ਵੀ ਆ, ਅੱਜ ਵੀ ਬਹੁਤ ਸਾਰੇ ਵਿਦਿਆਰਥੀ ਉਹ ਆ ਜਿਨ੍ਹਾਂ ਨੂੰ ਨਿੱਜੀ ਤੌਰ ਤੇ ਅਸੀਂ ਜਾਣਦੇ ਹਾਂ, ਜਿਹੜੇ ਇੱਕ ਸਮਾਂ ਰੋਟੀ ਵੀ ਨਹੀਂ ਖਾਂਦੇ ਗੇ, ਕਿਉਂਕਿ ਡਾਇਟ ਲਗਾਤਾਰ ਮਹਿੰਗੀ ਹੋ ਰਹੀ ਆ। 35 ਰੁਪਏ ਇੱਕ ਸਮਾਂ ਰੋਟੀ ਖਾ ਕੇ ਪੂਰਾ ਨਹੀਂ ਪੈਂਦਾ, ਅਸੀਂ ਵੀ ਜਾਣਦੇ ਹਾਂ ਇੰਨੀ ਮਹਿੰਗਾਈ ਦਾ ਸਮਾਂ ਹੈਗਾ। ਇਦੋਂ ਬਿਨਾਂ ਵੀ ਸਾਡੇ ਹੋਸਟਲ ਦੀਆਂ ਬਹੁਤ ਸਾਰੀਆਂ ਦਿੱਕਤਾਂ, ਜਿਵੇਂ ਅਸੀਂ ਦੇਖ ਲਈਏ ਵੀ ਜਿਹੜੇ ਕਮਰੇ ਆ ਉਹਦੇ 'ਚ ਅਸੀਂ ਦੋ ਦੋ ਬਿਲਕੁਲ ਔਖੇ ਐਡਜਸਟ ਕਰਦੇ ਹਾਂ, ਜਦੋਂ ਸਾਡੇ ਕੋਲ ਇੱਕੋ ਅਲਮਾਰੀ ਆ, ਕਿਉਂਕਿ ਨਵੇਂ ਹੋਸਟਲਾਂ ਦੀ ਉਸਾਰੀ ਵਾਲੇ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈਗਾ। ਗ੍ਰਾਂਟ ਆਉਂਦੀ ਆ, ਗ੍ਰਾਂਟ ਮੁੜ ਜਾਂਦੀ ਆ, ਪਰ ਇਹ 'ਚ ਕੋਈ ਕਾਰਵਾਈ ਨਹੀਂ ਕਰਦੇ, ਤੇ ਕੁੜੀਆਂ ਦੋ ਦੋ ਬੈੱਡ ਤੇ ਚਾਰ ਚਾਰ ਰਹਿਣ ਲਈ ਮਜਬੂਰ ਕਰ ਰਹੇ ਆ, ਬੈੱਡ ਤੱਕ ਨਹੀਂ ਦਿੰਦੇ, ਕੋਈ ਅਲਮਾਰੀ ਨਹੀਂ ਦਿੰਦੇ, ਇਹ ਸਾਡਾ ਮਸਲਾ ਹੈਗਾ। ਇਦੋਂ ਬਿਨਾਂ ਹੋਸਟਲ 'ਚ ਸਫਾਈ, ਵਾਸ਼ਰੂਮਾਂ ਦੀ ਲਗਾਤਾਰ ਬਲੋਕੇਜ ਆ, ਵਾਸ਼ ਬੇਸਿਨ ਲਗਾਤਾਰ ਬਲੋਕ ਹੁੰਦੇ ਆ। ਕੱਲ ਪਰਸੋਂ ਡੀਨ ਮੈਮ ਆਉਂਦੇ ਆ ਇੰਸਪੈਕਸ਼ਨ ਲਈ, ਇੱਕ ਵਾਸ਼ਰੂਮ ਦੇਖਦੇ ਆ, ਦੂਜਾ ਵਾਸ਼ਰੂਮ ਅੰਦਰ ਨਹੀਂ ਜਾਂਦੇ ਉਹ ਦੇਖਣ ਲਈ, ਇੰਨਾ ਮਾੜਾ ਹਾਲ ਹੈਗਾ। ਫਿਰ ਸਾਡੇ ਹੋਸਟਲ ਦਾ ਰੀਡਿੰਗ ਰੂਮ ਆ, ਇੰਨੀ ਸਫੋਕੇਸ਼ਨ ਆ ਉੱਥੇ, ਉੱਥੇ ਏਸੀ ਦਾ ਕੋਈ ਪ੍ਰਬੰਧ ਨਹੀਂ, ਵੈਂਟੀਲੇਸ਼ਨ ਦਾ ਕੋਈ ਪ੍ਰਬੰਧ ਨਹੀਂ, 10 ਮਿੰਟ ਖੜਿਆ ਨਹੀਂ ਜਾਂਦਾ ਉੱਥੇ, ਪੜ੍ਹਨਾ ਤਾਂ ਬਹੁਤ ਦੂਰ ਦੀ ਗੱਲ ਆ। ਨਾ ਸਾਰੇ ਹੋਸਟਲ 'ਚ ਵਾਈਫਾਈ ਦਾ ਪ੍ਰਬੰਧ ਆ, ਵਾਟਰ ਕੂਲਰ ਆ, 650 ਦੀ ਕਪੈਸਿਟੀ ਆ ਹੋਸਟਲ ਦੀ, ਇੱਕ ਵਾਟਰ ਕੂਲਰ ਆ, ਉਹਦੇ 'ਚ ਵੀ ਢੰਗ ਨਾਲ ਪੂਰਾ ਪਾਣੀ ਨਹੀਂ ਆਉਂਦਾ, ਅਸੀਂ 1 ਲੀਟਰ ਦੀ ਬੋਤਲ ਭਰਨੀ ਹੋਵੇ ਅੱਧਾ ਅੱਧਾ ਘੰਟਾ ਸਾਨੂੰ ਉੱਥੇ ਲੱਗ ਜਾਂਦਾ। ਇਹ ਸਾਰੇ ਮਸਲਿਆਂ ਤੇ ਅਸੀਂ 2 ਦਿਨਾਂ ਤੋਂ ਪਿਛਲਾ ਤਿੱਖਾ ਸੰਘਰਸ਼ ਵਿੱਢਿਆ ਹੋਇਆ ਸੀ। ਪਹਿਲਾਂ ਅਸੀਂ ਵਾਰਡਨ ਮੈਮ ਦਾ ਘਰ ਘੇਰਦੇ ਹਾਂ, ਉੱਥੇ ਅਸੀਂ ਉਹਨਾਂ ਤੋਂ ਸਵਾਲ ਕਰਦੇ ਹਾਂ, ਉੱਥੇ ਸਾਨੂੰ 1 ਦਿਨ ਦਾ ਸਮਾਂ ਦਿੰਦੇ ਆ, ਵਰਕਿੰਗ ਆਰ 5 ਘੰਟੇ ਤੱਕ ਅਸੀਂ ਉਹਨਾਂ ਦਾ ਉਡੀਕ ਕਰਦੇ ਹਾਂ ਵੀ ਕੋਈ ਕੰਮ ਹੋਊਗਾ ਹੋਊਗਾ। ਵਿਦਿਆਰਥੀਆਂ ਦੇ ਦਬਾਅ ਸਦਕਾ ਜਦੋਂ ਅਸੀਂ 1 ਵਜੇ ਦੀ ਕਾਲ ਦੇ ਦਿੰਦੇ ਹਾਂ ਵੀ 7 ਵਜੇ ਅਸੀਂ ਮਾਰਚ ਕਰਾਂਗੇ, ਉਦੋਂ ਬਾਅਦ ਇਹ ਪ੍ਰਸ਼ਾਸਨ ਜਿਹੜਾ ਹਰਕਤ 'ਚ ਆਉਂਦਾ, ਮੀਟਿੰਗਾਂ ਕਰਦਾ, ਸਫਾਈਆਂ ਹੋਈਆਂ ਸ਼ੁਰੂ ਹੁੰਦੀਆਂ, ਪਰ ਪੱਕਾ ਪ੍ਰਬੰਧ ਕੋਈ ਵੀ ਨਹੀਂ ਕਰਦਾ। ਇਸ ਲਈ ਵਿਦਿਆਰਥੀ ਰੋਜ਼ ਆ ਕੇ ਕੱਲ ਸ਼ਾਮ ਨੂੰ ਮਾਰਚ ਕਰਦੇ ਆ, ਫਿਰ ਮਾਰਚ ਹੁੰਦਾ ਉੱਥੇ ਵੀ ਸਾਨੂੰ ਅਥਾਰਟੀ ਮਿਲਦੀ ਨਹੀਂ, ਅਸੀਂ ਉਦੋਂ ਬਾਅਦ ਵਾਪਸ ਆਉਂਦੇ ਹਾਂ। ਅੱਜ ਅਸੀਂ ਸਵੇਰੇ 10 ਵਜੇ ਇਹਨਾਂ ਨੂੰ ਸਵਾਲ ਕਰਨ ਆਏ ਸੀ, ਮਿਲਣ ਆਏ ਸੀਗੇ, ਉੱਥੋਂ ਜਿਹੜਾ ਪ੍ਰਸ਼ਾਸਨ ਦਾ ਰਵੱਈਆ ਇੰਨਾ ਬੁਰਾ ਸੀਗਾ, ਸਵੇਰ ਤੋਂ ਲੈ ਕੇ ਹੁਣ ਤੱਕ ਸਾਨੂੰ ਹੁਣ ਮਿਲੇ ਆ ਇਹ, ਉੱਥੋਂ ਸਾਡੇ ਨਾਰਿਆਂ, ਅਸੀਂ ਸਾਡਾ ਵਿਦਿਆਰਥੀਆਂ ਦਾ ਰੋਹ ਆ ਇਹ, ਗੁੱਸਾ ਨਾਰਿਆਂ ਦੇ ਰੂਪ ਜਿਹੜਾ ਅਸੀਂ ਪ੍ਰਗਟ ਕਰਦੇ ਹਾਂ। ਜਿਹੜਾ ਕੱਲ ਵੀ ਇਹਨਾਂ ਨੇ ਉੱਥੇ ਇੰਸਪੈਕਸ਼ਨ ਵੇਲੇ ਵੀ ਕਿਹਾ ਵੀ ਨਾਰਿਆਂ ਨੂੰ ਸਿੱਧਾ ਇਹਨਾਂ ਨੇ ਬਕਵਾਸ ਕਿਹਾ, ਨਾਰੇ ਲਾਉਣਾ ਸਾਡਾ ਜਮਹੂਰੀ ਹੱਕ ਹੈਗਾ, ਅਸੀਂ ਜਿੱਥੇ ਸਾਡਾ ਮਸਲਾ ਅਸੀਂ ਉੱਥੇ ਬੋਲਾਂਗੇ, ਅਸੀਂ ਉੱਥੇ ਨਾਰੇ ਮਾਰਾਂਗੇ, ਪਰ ਇਹ ਇਹਨਾਂ ਨੂੰ ਇਹ ਬਕਵਾਸ ਲੱਗਦੀ ਆ। ਅੱਜ ਵੀ ਨਾਰਿਆਂ ਤੋਂ ਭੱਜੇ ਆ, ਇੱਥੋਂ ਆਫਿਸ ਤੋਂ ਇਹ ਭੱਜੇ ਆ, ਉੱਥੇ ਗਰਾਊਂਡ ਤੱਕ ਜਾਂਦੇ ਆ, ਵਿਦਿਆਰਥੀ ਘੇਰ ਕੇ ਵਾਪਸ ਲੈ ਕੇ ਆਉਂਦੇ ਆ, ਤੇ ਹਲੇ ਤੱਕ ਸਾਡਾ ਜਿਹੜਾ ਮਸਲਾ ਇਹ ਅਸੀਂ ਟੈਂਡਰ ਇੱਥੋਂ ਕੈਂਸਲ ਇਹਨਾਂ ਨੇ ਕਹਿਤਾ ਹੈਗਾ, ਉਦੋਂ ਬਿਨਾਂ ਮੈਸ ਡਾਇਟ ਅਸੀਂ 27 ਰੁਪਏ, ਸਾਡੀ ਇਹ ਮੰਗ ਆ ਕਿ ਹੋਵੇ, ਜਿਹੜੇ ਬਾਕੀ ਸਾਰੇ ਮਸਲੇ ਆ ਉਹ ਵੀ ਸਾਡੇ ਮਸਲੇ ਜਿਹੜੇ ਤੁਰੰਤ ਹੱਲ ਕੀਤੇ ਜਾਣ। ਜੇ ਨਹੀਂ ਹੁੰਦਾ ਤਾਂ ਵਿਦਿਆਰਥੀ ਇਦੋਂ ਬਾਅਦ ਦੂਜੇ ਹੋਸਟਲਾਂ 'ਚ ਵੀ, ਕਿਉਂਕਿ ਸਾਰੇ ਸੇਮ ਮਸਲੇ ਆ, ਅਸੀਂ ਸਾਰੇ ਦੂਜੇ ਹੋਸਟਲਾਂ ਤੋਂ ਵੀ ਇਕੱਠੇ ਹੋ ਕੇ ਤਿੱਖਾ ਸੰਘਰਸ਼ ਕਰਾਂਗੇ।
ਵੀ ਟ੍ਰਾਈਂਗ ਟੂ ਰਿਜ਼ੋਲਵ ਦ ਇਸ਼ੂਜ਼ ਦੈਟਸ ਆਲ ਅਥਾਰਟੀ ਸਾਰੀਆਂ ਬੈਠੀਆਂ ਤੁਹਾਡੇ ਸਾਹਮਣੇ ਸਾਰੀ ਬੈਠੀ ਨਹੀਂ ਬਲਕਿ ਮੈਂ ਬਾਈਟ ਦੇਣਾ ਹੀ ਨਹੀਂ ਚਾਹ ਰਹੀ ਬਿਕੋਜ਼ ਵੀ ਟ੍ਰਾਈਂਗ ਟੂ ਬੱਚਿਆਂ ਦੇ ਇਸ਼ੂ ਤੇ ਬੋਲਣਾ ਨਹੀਂ ਚਾਹਦੇ ਤੁਸੀਂ ਕੋਈ ਕੁਐਸਚਨ ਪੁੱਛੋਗੇ ਤਾਂ ਦੱਸਾਂ ਨਹੀਂ ਪੁੱਛਿਆ ਤੁਹਾਡਾ ਨਾਮ ਪੁੱਛਿਆ ਤੁਹਾਡਾ ਨਾਮ ਨਾ ਨਹੀਂ ਇਫ ਯੂ ਹੈਵ ਕਮ ਇਫ ਯੂ ਹੈਵ ਕਮ ਨਾਮ ਨਹੀਂ ਦੱਸ ਸਕਦੇ ਤੁਹਾਨੂੰ ਮੈਂ ਪੁੱਛ ਰਿਹਾ ਨਹੀਂ ਬੇਸਿਕਲੀ ਐਟ ਦ ਮੋਮੈਂਟ ਆਈ ਐਮ ਨਾਟ ਇਨ ਅ ਪੋਜੀਸ਼ਨ ਟੂ ਕਮੈਂਟ ਬਿਕੋਜ਼ ਆਈ ਐਮ ਟ੍ਰਾਈਂਗ ਟੂ ਰਿਜ਼ੋਲਵ ਦਿਸ ਇਸ਼ੂ ਆਈ ਵੁੱਡ ਡੈਫੀਨੇਟਲੀ ਇਨ ਵਾਟ ਕਪੈਸਿਟੀ ਆਈ ਹੈਵ ਯੂ ਕਮ ਟੂ ਆਸਕ ਮੀ ਦੈਟ ਇਜ਼ ਐਨ ਇਸ਼ੂ ਆਈ ਵੁੱਡ ਨਾਟ ਲਾਈਕ ਟੂ ਕਮੈਂਟ ਔਨ ਐਨੀਥਿੰਗ Not at all, because we are trying, we are holding a meeting for that reason. Osi-osi cheez the discussion kar rahe, we are doing that. Dekho, that is also an issue because I have just taken the charge in the last 10 days. I came on 18th. Kuch hai, bahut hi nahi hai, but whatever is there, we are trying to solve. Can't say that because you know I'm trying to look into it I'm trying to reach out to what we can do about the students because I don't unnecessary comment nahi kar paungi is pe please tusi please do not I will not be able to comment unless I know what is the reason see all of them are sitting here I will not like to say anything until I am able to resolve yes sir I visited the hostel day before also, but I'll not to like to quit. Even our madam had visited the hostel, Dean Academic, but we are trying to resolve the issue once. I cannot say at the moment because ahi gal ho rahi hai ke something else is also coming up in this, that it is not from the mess alone. It has to be something else. There is something behind it. So at the moment, I will not like to... that has to be seen because I just took the charge in the last 10 days and why these things were not resolved earlier has to be seen. I visited number of all the hostels, Ambedkar hostel. They're saying, yeah, the sare bache keh rahe hain ji khane di samasya hai, lekin us de bare already workout ho rya siga aur us workout de vich is a issue siga aur us issue nu assi resolve kar rahe si te aaj e gal samne aaye bacche keh rahe ki dil mein nu milde hain par dil mein apni care chhad ke dusri jagah chale jande assi unna de piche e bilkul galat hai te tusi unna nu e bilkul agar narebaazi keh rahe ki sada jumhuriyat haq hai te us nu keh I will not comment at all because I went to see the hostel and at the moment parso vi pani da issue si we have resolved the issue of water ਜਿਹੜਾ ਸੀ ਮਾਤਾ ਜਿਹੜਾ ਯੂਕੋ ਵਾਲਾ ਹੋਸਟਲ ਸੀ ਜੇ ਇਸ਼ੂ ਰਿਜ਼ੋਲਵ ਕਰਨ ਦੀ ਇੱਛਾ ਨਾ ਹੁੰਦੀ ਤਾਂ ਉਹ ਇਸ਼ੂ ਵੀ ਰਿਜ਼ੋਲਵ ਨਹੀਂ ਸੀ ਹੁੰਦਾ ਦੋ ਦਿਨ ਲਗਾ ਕੇ ਉਹ ਵੀ ਇਸ਼ੂ ਰਿਜ਼ੋਲਵ ਹੋਇਆ ਹੁਣ ਇਹ ਗੱਲਾਂ ਸਾਹਮਣੇ ਆ ਰਹੀਆਂ ਇਹਨੂੰ ਵੀ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰ ਬਟ ਆਈ ਵਿਲ ਨਾਟ ਲਾਈਕ ਟੂ ਕਮੈਂਟ ਔਨ ਐਨੀਥਿੰਗ ਬਿਕੋਜ਼ ਦੇਰ ਕੁਡ ਬੀ ਸਮਥਿੰਗ ਬਿਹਾਈਂਡ ਇਟ ਵਿਚ ਐਟ ਦ ਮੋਮੈਂਟ ਆਈ ਡੋਂਟ ਨੋ